ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਜਲੰਧਰ ਪੁਲਿਸ ਨੇ ਸ਼ਹਿਰ ਵਿੱਚ ਚੋਰੀ ਚਕਾਰੀ ਕਰਨ ਵਾਲੇ ਦੋ ਵਿਅਕਤੀਆਂ ਦੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਨ੍ਹਾਂ ਤੋਂ ਚੋਰੀ ਕੀਤੇ ਗਏ 1 ਲੱਖ ਰੁਪਏ ਤੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਗਏ ਹਨ। ਪ੍ਰੈਸ ਕਾਨਫਰੰਸ ਦੌਰਾਨ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪਿਛਲੇ ਸਾਲ ਬਾਰਾਦਰੀ ਥਾਣੇ ਵਿੱਚ ਘਰ ਵਿੱਚ ਚੋਰੀ ਹੋਣ ਦਾ ਕੇਸ ਦਰਜ ਹੋਇਆ ਸੀ, ਜਿਸ ਨੂੰ ਲੈ ਕੇ ਪੁਲਿਸ ਲਗਾਤਾਰ ਮਾਮਲੇ ਦੀ ਛਾਣਬੀਣ ਕਰ ਰਹੀ ਸੀ। ਬੀਤੇ ਦਿਨੀ ਪੁਲਿਸ ਵੱਲੋਂ ਗੁਰੂ ਨਾਨਕਪੁਰਾ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਸੀ ਅਤੇ ਇਸ ਦੌਰਾਨ ਤਲਾਸ਼ੀ ਕਰਨ ਦੇ ਦੋ ਮੋਟਰਸਾਈਕਲ ਸਵਾਰ ਵਿਅਕਤੀਆਂ ਨੂੰ ਰੋਕਿਆ ਗਿਆ ਅਤੇ ਪੁੱਛਗਿੱਛ ਦੌਰਾਨ ਉਹਨਾਂ ਨੇ ਸ਼ਹਿਰ ਅਤੇ ਸ਼ਹਿਰ ਦੇ ਬਾਹਰਲੇ ਹਿੱਸਿਆਂ ਵਿੱਚ ਕੀਤੀਆਂ 6 ਚੋਰੀਆਂ ਨੂੰ ਕਬੂਲ ਕੀਤਾ। ਪੁਲਿਸ ਅਨੁਸਾਰ ਦੋਵੇਂ ਆਰੋਪੀ ਪਤਾਰਾ ਦੇ ਬੋਲੀਨਾ ਇਲਾਕੇ ਦੇ ਰਹਿਣ ਵਾਲੇ ਹਨ। ਦੋਵੇਂ ਹੀ ਨਸ਼ੇ ਦੀ ਪੂਰਤੀ ਲਈ ਚੋਰੀ ਕਰਦੇ ਸਨ। ਦੋਵਾਂ ਆਰੋਪੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪਿਛਲੇ ਸਾਲ ਜਲੰਧਰ ਪੁਲਿਸ ਕਮਿਸ਼ਨਰੇਟ ਮੇ 28/10/2019 ਅਕਤੂਬਰ ਮਹੀਨੇ ਮੇ ਇੱਕ ਨਵੀਂ ਬਾਰਾਦਰੀ ਥਾਣਾ ਮੇ ਇੱਕ ਬਰਗਲਰੀ ਦਾ ਕੇਸ ਰਜਿਸਟਰ ਹੁਆ। ਦੋ ਨਾਮਾਲੂਮ ਵਿਅਕਤੀ ਇੱਕ ਘਰ ਮੇ ਤਾਲਾ ਤੋੜ ਕੇ ਗਹਿਣੇ ਵਗੈਰਾ ਚੋਰੀ ਕਰਕੇ ਭੱਜ ਗਏ। ਉਸਕੇ ਹਮਾਰਾ ਲਗਾਤਾਰ ਉਸਮੇ ਹਮ ਜੋ ਅਕਿਊਜ਼ਡ ਹੈ ਉਸਕੀ ਹਮਨੇ ਸਰਚ ਕਰ ਰਹੇ ਥੇ। ਕੱਲ੍ਹ ਜਦੋਂ ਹਮਾਰਾ ਨਾਕਾ ਕਹਾਂ ਲਗਾ ਥਾ ਗੁਰੂ ਨਾਨਕਪੁਰਾ ਮੇ ਜੋ ਹਮਾਰਾ ਨਾਕਾ ਥਾ ਵਹਾਂ ਪੇ ਦੋ ਵਿਅਕਤੀ ਮੋਟਰਸਾਈਕਲ ਮੇ ਆਏ। ਜਬ ਉਨਕੋ ਰੋਕ ਕੇ ਪੁੱਛਗਿੱਛ ਕੀਆ ਉਹਨਾਂ ਦਾ ਜੋ ਫਿਰ ਪਤਾ ਚਲਾ ਜੋ ਹਮਾਰਾ ਪਹਿਲੇ ਚੋਰੀ ਹੋਈ ਹੈ ਇਨ ਬੰਦੋ ਨੇ ਚੋਰੀ ਕੀਤਾ ਹੈ। ਫਿਰ ਅਭੀ ਹਮ ਆਗੇ ਸੇ ਹਮ ਇਨਸੇ ਇਨਵੈਸਟੀਗੇਟ ਕੀਏ। ਇਸਮੇ ਸੇ ਹਮੇ 6 ਕੇਸਸ ਅਭੀ ਤੱਕ ਪਿਛਲੇ ਸਾਲ ਦਾ ਚੋਰੀਆਂ ਹਮਨੇ ਟਰੇਸ ਕੀਤੇ ਹੋਏ। ਜੋ 6 ਕੇਸ ਮੇ 4 ਕੇਸ ਹਮਾਰਾ ਕਮਿਸ਼ਨਰੇਟ ਪੁਲਿਸ ਕਾ ਹੈ, 1 ਕੇਸ ਜਲੰਧਰ ਰੂਰਲ ਦਾ ਕੇਸ ਹੈ। ਇਸਮੇ ਦੋ ਬੰਦੇ ਹੈ, ਇੱਕ ਦੀਪਕ ਕੁਮਾਰ ਉਰਫ ਦੀਪਾ ਹੈ ਔਰ ਦੂਸਰਾ ਨਵਜੀਤ ਕੁਮਾਰ ਉਰਫ ਨਾਨਾ ਹੈ। ਇਹ ਦੋਨੋਂ ਬੋਲੀਨਾ ਤਾਣਾ ਪਤਾਰਾ ਦੇ ਰਹਿਣ ਵਾਲੇ ਹੈ। ਇਸਮੇ ਜੋ ਦੀਪਕ ਹੈ ਉਸਕੇ ਪਹਿਲੇ ਹੀ ਉਸਦੇ ਖਿਲਾਫ਼ 7 ਮੁਕੱਦਮਾਏ ਦਰਜ ਹੈ। ਉਹ ਪਿਛਲੇ ਸਾਲ ਫਰਵਰੀ ਮਹੀਨੇ ਉਹ ਜੇਲ੍ਹ ਸੇ ਬਾਹਰ ਆਇਆ। ਜਿਸ ਸਮੇਂ ਤੇ ਉਹ ਜੇਲ੍ਹ ਸੇ ਬਾਹਰ ਆਇਆ ਉਸਤੇ ਬਾਅਦ ਇਹਨਾਂ ਨੇ 6 ਚੋਰੀਆਂ ਕੀਤੀ ਹੈ। ਇਹ ਚੋਰੀ ਹਮ ਇਸਮੇ ਹਮਾਰਾ 1 ਲੱਖ ਕੈਸ਼ ਰਿਕਵਰੀ ਹੋ ਗਿਆ ਔਰ ਇੱਕ ਸੋਨੇ ਦਾ ਚੇਨ 12 ਗ੍ਰਾਮ ਕਾ ਹਮਨੇ ਨੈਕਲੈਸ ਰਿਕਵਰੀ ਕੀਤਾ। ਇਸ ਤੋਂ ਇਲਾਵਾ ਉਨਸੇ ਹੋਰ ਵੀ ਗਹਿਣੇ ਮਿਲੇ ਹੋਈ ਹੈ, ਲੇਕਿਨ ਉਹ ਜੋ ਗਹਿਣਾ ਹੈ ਇਹ ਅਸਲੀ ਹੈ ਜਾਂ ਨਕਲੀ ਹੈ ਉਹ ਵੀ ਹਮ ਵੇਰੀਫਾਈ ਕਰ ਰਹੇ। ਇਨਸੇ ਜੋ ਮੋਟਰਸਾਈਕਲ ਹਮਨੇ ਪਕੜੇ ਤੇ ਉਹ ਮੋਟਰਸਾਈਕਲ ਵੀ ਕਿਸਕਾ ਹੈ ਉਹਦਾ ਵੀ ਹਮ ਵੇਰੀਫਾਈ ਕਰ ਰਹੇ ਹਾਂ, ਕਿਉਂਕਿ ਮੋਟਰਸਾਈਕਲ ਮੇਂ ਅਭੀ ਤੱਕ ਕੋਈ RC ਵਗੈਰਾ ਕੁਛ ਵੀ ਹਮੇ ਮਿਲੇ ਨਹੀਂ ਹੈ। ਔਰ ਜੋ ਦੂਸਰਾ ਬੰਦਾ ਨਵਜੀਤ ਕੁਮਾਰ ਹੈ ਉਸਕੇ ਖਿਲਾਫ ਵੀ ਇੱਕ ਮੁਕੱਦਮਾ NDPS ਦਾ ਮੁਕੱਦਮਾ ਪਤਾਰਾ ਥਾਣਾ ਮੇ ਦਰਜ ਹੈ। ਇਹ ਦੋਨੋਂ ਇੱਕੋ ਹੀ ਪਿੰਡ ਦੇ ਹੋਣ ਕਰਕੇ ਇਹਨਾਂ ਦਾ ਜਾਣ ਪਹਿਚਾਣ ਸੀਗੀ। ਇਹ ਦੋਨੋਂ ਨਸ਼ੇ ਕਰਨੇ ਦਾ ਆਦੀ ਹੈ, ਇਹ ਆਪਣਾ ਨਸ਼ੇ ਦਾ ਜੋ ਹੈ ਉਸਕੋ ਪੂਰੀ ਕਰਨੇ ਕੇ ਲੀਏ ਇਹ ਚੋਰੀਆਂ ਕਰ ਰਹੇ ਥੇ। ਜਲੰਧਰ ਤੋਂ ਰਵੀ ਗਿੱਲ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਸਾਡਾ YouTube ਚੈਨਲ ਲਾਈਕ ਤੇ ਸਬਸਕ੍ਰਾਈਬ ਕਰੋ ਸਾਂਝ TV ਅਤੇ ਨਾਲ ਹੀ ਦਬਾਓ ਘੰਟੀ ਦਾ ਬਟਨ।